ਉਹ ਕਹਿੰਦਾ ਵੀ ਮੈਂ ਪਹਿਲਾਂ ਲਾਲਾ ਦੌਲਤ ਰਾਏ ਕਹਿੰਦੇ ਵੀ ਮੈਂ ਦੇਖਿਆ ਹੈ ਰਾਮਾਇਣ ਦੇ ਇਤਿਹਾਸ ਵੱਲ ਵੇਖੋ ਇੱਕ ਹਿੰਦੂ ਹੋ ਕੇ ਬੜਾ ਜਗਰਾ ਚਾਹੀਦਾ ਹੈ ਲਿਖਣ ਲਈ ਰਾਮਾਇਣ ਵੱਲ ਮੈਂ ਕਹਿੰਦਾ ਧਿਆਨ ਮਾਰਿਆ ਤੇ ਉਹਦਾ ਕਾਰਨ ਸੀ ਇਸਤਰੀ ਪਿਛਲਿਆਂ ਸਮਿਆਂ ਚ ਕੀ ਹੁੰਦਾ ਸੀ ਸਰੀਰ ਸੀ ਨਾ ਜਿਹੜਾ ਬੰਦੇ ਦਾ ਸੁੰਦਰ ਨੈਣ ਨਕਸ਼ ਦੇਖ ਕੇ ਨਾਮ ਰੱਖਿਆ ਜਾਂਦਾ ਸੀ ਜਿਹੜੇ ਇਨਸਾਨ ਦੇ ਜਿਹੜੀ ਬੱਚੀ ਦੀਆਂ ਅੱਖਾਂ ਸੁੰਦਰ ਹੋਣੀਆਂ ਤੇ ਨਾਮ ਰੱਖਣਾ ਸੁਖਨੈਣ ਰੰਗ ਰੂਪ ਵੇਖ ਕੇ ਨਾਮ ਰੱਖੇ ਜਾਂਦੇ ਸਨ ਨੈਣ ਨਕਸ਼ ਵੇਖ ਕੇ ਨਾਮ ਰੱਖੇ ਜਾਂਦੇ ਸਨ ਤੇ ਰਾਵਣ ਦੀ ਭੈਣਾਂ ਦਾ ਨੱਕ ਬੜਾ ਸੁੰਦਰ ਸੀ ਤਿੱਖਾ ਨੱਕ ਸੀ ਤੇ ਨਾਂ ਰੱਖਿਆ ਸਰੂਪ ਨਕਾ ਸੁੰਦਰ ਨੱਕ ਵਾਲੀ ਸਰੂਪ ਨਖਾ ਹੁਣ ਪਿਛਲਿਆਂ ਸਮਿਆਂ ਚ ਸਵੰਬਰ ਹੁੰਦਾ ਸੀ ਰਾਜਿਆਂ ਸਵੰਬਰ ਰਚਨਾ ਔਰ ਜਿੰਨੇ ਸਵੰਬਰ ਜਿੱਤ ਲੈਣਾ ਉਹ ਰਾਜਕੁਮਾਰੀ ਉਹਦੇ ਗਲ ਵਿੱਚ ਹਾਰ ਪਾ ਦਿੰਦੀ ਸੀ ਏਦਾਂ ਪਰਖ ਹੁੰਦੀ ਸੀ ਵੀ ਕੱਲ ਨੂੰ ਕਿਤੇ ਭੀੜ ਫਵੇ ਤੇ ਘਰ ਵਾਲੀ ਨੂੰ ਛੱਡ ਕੇ ਅੱਗੇ ਅੱਗੇ ਨਾ ਭੱਜਾ ਫਿਰੇ ਵੀ ਕੋਈ ਸੂਰਮਾ ਹੈ ਕੋਈ ਬਾਹੂਬਲੀ ਹੈ ਕੋਈ ਸਤਪੁਰਸ਼ ਹੈ ਚੰਗਾ ਵਰ ਲੱਭਿਆ ਜਾਂਦਾ ਸੀ ਬੱਚੀ ਲਈ ਆਹ ਕੰਮ ਹੈ ਨਹੀਂ ਸੀ ਅੱਜ ਕੱਲ ਵਾਲਾ ਵੀ ਬੱਚੀ ਬੱਚਾ ਆਪੇ ਹੀ ਕੰਮ ਨਿਬੇੜ ਲੈਣ ਸੰਸਕ੍ਰਿਤੀ ਠੀਕ ਸੀ ਸਾਡੀ ਸਿਧਾਂਤ ਠੀਕ ਸੀ ਸਾਡੇ ਖੈਰ ਸਰੂਪ ਨਖਾ ਨੇ ਵੇਖਿਆ ਵੀ ਇਸ ਸਵੰਬਰ ਨੂੰ ਲਕਸ਼ਮਣ ਨੇ ਜਿੱਤ ਲਿਆ ਲਕਸ਼ਮਣ ਨੇ ਜਿੱਤ ਲਿਆ ਜਦੋਂ ਲਕਸ਼ਮਣ ਨੇ ਜਿੱਤ ਲਿਆ ਤੇ ਸਰੂਪ ਨਖਾ ਹਾਰ ਲੈ ਕੇ ਤੇ ਲਕਸ਼ਮਣ ਦੇ ਗਲ ਵਿੱਚ ਪਾਉਣ ਲੱਗੀ ਹੈ ਇਸ ਗੱਲੋਂ ਜੰਗ ਹੋਇਆ ਮੈਂ ਅੱਗੇ ਵਧਾਂ ਦੋ ਮਿੰਟ ਵਿੱਚ ਵੀ ਆਪਾਂ ਸਾਰਾ ਕਸੂਰ ਰਾਵਣ ਦਾ ਹੀ ਕੱਢ ਦਿੰਦੇ ਹਾਂ ਠੀਕ ਹੈ ਰਾਮ ਸਤਪੁਰਸ਼ ਹੋਏ ਨੇ ਉਹ ਸਰੂਪ ਨਖਾ ਨੇ ਜਦੋਂ ਗਲ ਵਿੱਚ ਹਾਰ ਪਾਉਣਾ ਚਾਹਿਆ ਤੇ ਲਕਸ਼ਮਣ ਅੱਗੋਂ ਆਖਣ ਲੱਗਾ ਬੀਬੀ ਜੀ ਆਪਾਂ ਨੂੰ ਮਿਲਿਆ ਹੈ ਬਨਵਾਸ ਤੇ ਆਪ ਜੰਗਲਾਂ ਵਿੱਚ ਘਾਹ ਫੂਸ ਖਾ ਕੇ ਗੁਜ਼ਾਰਾ ਕਰੀਦਾ ਬੀਬੀ ਤੇਰੀਆਂ ਸ਼ਰਤਾਂ ਨੀ ਪੂਰੀਆਂ ਹੋਣੀਆਂ ਤੇਰੇ ਚੋਜ ਨੀ ਮੇਥੋਂ ਪੂਰੇ ਹੋਣੇ ਵੀ ਤੂੰ ਏਦਾਂ ਕਰ ਮੇਰਾ ਭਰਾ ਰਾਜਾ ਹੈ ਰਾਮ ਇਹਦੇ ਗਲ ਵਿੱਚ ਹਾਰ ਪਾ ਦੇ ਆਪਾਂ ਤੇ ਆਪ ਨੰਗ ਹੈ ਵੀ ਤੈਨੂੰ ਕੀ ਦੇਵਾਂਗੇ ਖਾਣ ਨੂੰ ਤੇ ਆਪ ਨੂੰ ਕੱਖ ਨੀ ਲੱਭਦਾ ਉਹ ਜਾ ਕੇ ਤੇ ਸ੍ਰੀ ਰਾਮ ਜੀ ਦੇ ਗਲ ਵਿੱਚ ਹਾਰ ਪਾਉਣ ਲੱਗੀ ਹੈ ਰਾਮ ਜੀ ਨੇ ਅੱਗੋਂ ਟੋਕ ਦਿੱਤਾ ਵੀ ਮੈਂ ਤੇ ਵਿਆਹਿਆ ਵਰਿਆ ਗ੍ਰਿਸਤੀ ਹਾਂ ਤੂੰ ਮੇਰੇ ਭਰਾ ਨਾਲ ਵਿਆਹ ਕਰ ਲੈ ਇਹ ਮਖੌਲ ਸਮਝਿਆ ਸਰੂਪ ਨਖਾ ਨੇ ਹੈ ਵੀ ਮਖੌਲ ਹੈ ਜਾਂ ਤੇ ਤੁਸੀਂ ਸਵੰਬਰ ਵਿੱਚ ਭਾਗ ਨਾ ਲਓ ਤੇ ਜੇ ਲਕਸ਼ਮਣ ਨੇ ਸਵੰਬਰ ਜਿੱਤਿਆ ਹੈ ਤੇ ਫਿਰ ਜੋ ਸ਼ਰਤ ਹੈ ਉਹ ਪੂਰੀ ਕਰੇ ਮਰਦਾਂ ਵਾਲੀ ਗੱਲ ਕਰੇ ਰਾਮ ਜੀ ਆਪਣੀ ਜਗ੍ਹਾ ਸੱਚੇ ਨੇ ਇੱਥੇ ਲਕਸ਼ਮਣ ਗਲਤ ਹੈ ਦੋਹਰੇ ਜਦੋਂ ਲਕਸ਼ਮਣ ਕੋਲ ਗਈ ਤੇ ਗੁੱਸੇ ਵਿੱਚ ਆ ਗਿਆ ਤੇ ਗੁੱਸੇ ਵਿੱਚ ਆ ਕੇ ਕਹਿੰਦਾ ਨੱਕ ਤੇ ਬੜਾ ਮਾਣ ਹੈ ਤੈਨੂੰ ਨੱਕ ਵੱਢ ਦਿੱਤਾ ਇੱਥੇ ਮਾਵਾਂ ਭੈਣਾਂ ਵਾਲੇ ਅਸੀਂ ਸਾਰੇ ਬੈਠੇ ਹਾਂ ਜ਼ਿਆਦਾਤਰ ਗ੍ਰਿਸਤੀ ਹਾਂ ਤੇ ਕਿਸੇ ਦੀ ਭੈਣ ਦਾ ਕੋਈ ਨੱਕ ਵੱਢ ਦਵੇ ਤੇ ਦੱਸੋ ਉਹਨੇ ਅੱਗੋਂ ਸਰੋਪੇ ਪਾਉਣੇ ਨੇ ਤੁਸੀਂ ਖਿਆਲ ਕਰੋ ਕਿਸੇ ਦੀ ਇੱਜ਼ਤ ਤੇ ਵਾਰ ਹੋਇਆ ਹੈ ਸਰੂਪ ਨਖਾ ਦਾ ਰਾਵਣ ਦੀ ਭੈਣ ਦਾ ਨੱਕ ਵੱਢ ਦਿੱਤਾ ਗਿਆ ਹੈ ਰਾਵਣ ਨੂੰ ਗੁੱਸਾ ਆਉਣਾ ਸੀ ਇਹ ਲਕਸ਼ਮਣ ਨੇ ਕੋਈ ਸਤਪੁਰਸ਼ਾਂ ਵਾਲੀ ਗੱਲ ਨਹੀਂ ਕੀਤੀ ਕੁੱਲ ਤੇ ਚੰਗੀ ਵਿੱਚ ਹੈ ਰਾਮ ਦਾ ਭਾਈ ਹੈ ਸਮੇਂ ਦੇ ਅਵਤਾਰ ਦਾ ਭਾਈ ਵੀ ਹੈ ਪਰ ਕੰਮ ਚੰਗਾ ਨਹੀਂ ਕੀਤਾ ਹੁਣ ਨੱਕ ਵਢਾ ਕੇ ਜਦੋਂ ਆਪਣੇ ਭਾਈ ਦੇ ਸਾਹਮਣੇ ਹੋਈ ਹੈ ਉਹਨੇ ਆਪਣੀ ਪੱਤ ਤੇ ਵਾਰ ਸਮਝਿਆ ਸ਼ਾਨ ਤੇ ਵਾਰ ਸਮਝਿਆ ਰਾਵਣ ਨੇ ਸੀਤਾ ਚੁੱਕ ਲਿਆਂਦੀ ਤੇ ਹੁਣ ਕਿਸੇ ਦੀ ਘਰ ਵਾਲੀ ਚੁੱਕੋਗੇ ਤੇ ਰਾਮ ਹੁਣ ਕਿਹੜੇ ਸਰੋਪੇ ਪਾਉਣੇ ਨੇ ਉਹ ਵੀ ਇੱਜ਼ਤ ਤੇ ਵਾਰ ਹੀ ਹੈ ਸੀਤਾ ਨੂੰ ਚੁੱਕ ਲਿਆਇਆ ਝਗੜਾ ਕਿਹਦਾ ਹੈ ਨੱਕ ਵੀ ਬੀਬੀ ਦਾ ਵੱਢਿਆ ਤੇ ਚੁੱਕੀ ਵੀ ਬੀਬੀ ਲੜਾਈ ਘਰ ਵਾਲੀ ਦੀ ਤੇ ਦੂਜੇ ਬੰਨੇ ਭੈਣ ਆ ਕੋਈ ਧਰਮ ਦਾ ਯੁੱਧ ਨਹੀਂ ਹੋਇਆ ਕੋਈ ਇਨਸਾਨੀਅਤ ਦਾ ਘਾਣ ਨਹੀਂ ਸੀ ਹੋ ਰਿਹਾ ਵੀ ਬੜੀ ਤੰਗੀ ਸੀ ਦੋਵਾਂ ਨੂੰ ਲੜਨਾ ਪੈ ਗਿਆ ਇੱਕ ਇਸਤਰੀ ਲਈ ਇਹ ਯੁੱਧ ਹੋਇਆ ਰਾਮ ਜੀ ਕਹਿੰਦੇ ਭਾਈ ਤੂੰ ਮੇਰੀ ਪਤਨੀ ਚੁੱਕ ਕੇ ਲੈ ਗਿਆ ਹੁਣ ਜੰਗ ਲੜਾਂਗਾ ਤੇਰੇ ਨਾਲ ਹੁਣ ਘਰ ਵਾਲੀ ਛਡਾਉਣੀ ਸੀ ਇੱਜ਼ਤ ਦਾ ਸਵਾਲ ਹੈ
ਬਾਣੀ ਕਹਿ ਰਹੀ ਹੈ ਮਨ ਮੈਂ ਝੂਰੈ ਰਾਮ ਚੰਦ ਸੀਤਾ ਲਛਮਣ ਜੋ, ਸੀਤਾ ਵਿਛੜੀ ਰਾਮ ਰੋਏ ਨੇ, ਲਕਸ਼ਮਣ ਮੂਰਛਿਤ ਹੋਇਆ ਰਾਮ ਰੋਏ ਨੇ। ਕਲਗੀਧਰ ਤੇਰੇ ਨਾਲ ਕਿੱਦਾਂ ਕੰਪੈਰੀਸ਼ਨ ਕਰੀਏ, ਤੇਰੇ ਚਾਰ ਲਾਲ ਸ਼ਹੀਦ ਨੇ, ਤੂੰ ਰੋਣ ਦੀ ਜਗ੍ਹਾ ਜਕਾਰੇ ਛੱਡੀ ਜਾਣਾ ਹੈ। ਕਿਸੇ ਬੱਚੀ ਦਾ ਨੱਕ ਕੱਟ ਕੇ ਉਹਨੂੰ ਜੀਵਨ ਭਰ ਲਈ ਕਰੂਪ ਕਰ ਦਿੱਤਾ ਗਿਆ, ਜੰਗ ਤੇ ਆਉਣਾ ਹੀ ਸੀ। ਕਿਸੇ ਦੀ ਘਰ ਵਾਲੀ ਚੁੱਕ ਲਈ, ਜੰਗ ਤੇ ਆਉਣਾ ਹੀ ਸੀ। ਆਪਣੇ ਲੋਕਾਂ ਦਾ ਸੁਭਾਅ ਹੀ ਐਸਾ, ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ, ਪਰ ਜਦੋਂ ਇੱਜ਼ਤ ਤੇ ਵਾਰ ਹੋਵੇ ਫਿਰ ਆਪਾਂ ਬਰਦਾਸ਼ਤ ਨਹੀਂ ਕਰਦੇ। ਇੱਥੇ ਦੇ ਖੁੱਲੇ ਪੈਰੇ ਨੇ ਨਾ ਗੋਰਿਆਂ ਗਾਰਿਆਂ ਦੇ, ਵੀ ਚੱਲਣ ਦਿਓ, ਕੋਈ ਕਿਸੇ ਨਾਲ ਤੁਰਿਆ ਫਿਰੇ, ਕੋਈ ਕਿਸੇ ਨਾਲ, ਪਰ ਸਿੱਖਾਂ ਦੇ ਵਿੱਚ ਜਾਂ ਉਸ ਦੇਸ਼ ਦੀ ਸੰਸਕ੍ਰਿਤੀ ਵਿੱਚ, ਭਾਵੇਂ ਉੱਥੇ ਮੁਸਲਮਾਨ ਰਹਿਣ ਜਾਂ ਹਿੰਦੂ ਰਹਿਣ, ਕੁਝ ਅੰਤਰ ਹੈ, ਕੁਝ ਹਯਾ ਹੈ, ਸ਼ਰਮ ਹੈ। ਖੈਰ, ਮਹਾਂਭਾਰਤ ਦਾ ਯੁੱਧ ਇਹ ਬੀਬੀ ਪਿੱਛੇ ਲੜੇ, ਪਾਂਡਵਾਂ ਦੇ ਘਰ ਬੀਬੀ ਵਿਆਹੀ ਹੈ, ਪੰਜ ਪਤੀ ਨੇ ਇਸ ਦੇ, ਔਰ ਜਿਹੜੀ ਇਹ ਦਰੋਪਦੀ ਹੈ ਬੜੀ ਚੰਗੀ ਚਿੱਤਰਕਾਰ ਹੈ, ਸੰਗੀਤਕਾਰ ਹੈ। ਇੱਕ ਛੋਟਾ ਜਿਹਾ ਸੋਹਣਾ ਜਿਹਾ ਮਹਿਲ ਬਣਾਇਆ ਸਾਰੇ ਟੱਬਰ ਨੇ, ਤੇ ਜਿੱਦਾਂ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਸੱਦਦੇ ਨਾ, ਕੋਠੀ ਦਾ ਉਦਘਾਟਨ ਕਰਨਾ, ਤੇ ਸਾਰੇ ਪਰਿਵਾਰ ਨੂੰ ਨੇਂਦਾ ਦਿੱਤਾ, ਤੇ ਫਿਰ ਜਿਹੜੇ ਸ਼ਰੀਕ ਸੀ, ਚਾਚੇ ਤਾਏ ਸੀ, ਉਹ ਵੀ ਸੱਦੇ, ਦੁਰਯੋਧਨ ਹੋਣੀ ਵੀ ਆਏ, ਤੇ ਦੁਰਯੋਧਨ ਥੋੜਾ ਲੇਟ ਸੀ। ਔਰ ਐਸੀ ਚਿੱਤਰਕਾਰ ਸੀ ਇਹ, ਉਦਘਾਟਨੀ ਸਮਾਗਮ ਰੱਖਿਆ, ਏਦਾਂ ਦੇ ਰੰਗ ਬਖੇਰੇ ਗਏ ਵੀ ਸਰੋਵਰ ਜਿਹੜਾ ਸੀ ਨਾ, ਵੇਖਣ ਨੂੰ ਫਰਸ਼ ਲੱਗਦਾ। ਚਿੱਤਰਕਾਰ ਬੜੀ ਤਕੜੀ ਹੈ, ਸੰਗੀਤਕਾਰ ਬੜੀ ਤਕੜੀ ਹੈ, ਸਰੋਵਰ ਵੇਖਣ ਨੂੰ ਫਰਸ਼ ਲੱਗਦਾ, ਰੰਗ ਏਦਾਂ ਦੇ ਬਖੇਰੇ ਨੇ ਤੇ ਫਰਸ਼ ਵੇਖਣ ਨੂੰ ਸਰੋਵਰ ਲੱਗਦਾ। ਹੁਣ ਦੁਰਯੋਧਨ ਸਮੇਂ ਨਾਲ ਆਇਆ ਹੁੰਦਾ ਤੇ ਕੁਝ ਵੇਖ ਕੇ ਚੱਲਦਾ, ਕਾਹਲੀ ਵਿੱਚ ਸੀ ਵੀ ਚੱਲ, ਖੈਰ ਭਾਵੇਂ ਸ਼ਰੀਕ ਨੇ, ਚਾਚੇ ਤਾਇਓ ਨੇ ਮਹਿਲ ਬਣਾਇਆ, ਵੈਸੇ ਦੇ ਅੰਦਰੋਂ ਆਪਾਂ ਖੁਸ਼ ਨਹੀਂ ਹੁੰਦੇ, ਆਂਢੀ ਗੁਆਂਢੀ ਘਰ ਪਾ ਲੈਣ, ਚਲੋ ਵਿਖਾਵੇ ਲਈ ਹੱਸ ਕੇ ਆਈਦਾ ਵੀ ਚੱਲ ਕੋਈ ਗੱਲ ਨੀ, ਘਰ ਚੰਗਾ ਹੈ। ਅੰਦਰੋਂ ਤੇ ਦੁਖੀ ਹੈ ਪਰ ਉੱਤੋਂ ਖੁਸ਼ ਹੈ ਵੀ ਚਲੋ ਕੋਈ ਗੱਲ ਨੀ, ਹੁਣ ਲੋਕ ਲੱਜ ਹੱਸਣਾ ਪੈਣਾ। ਭੁਲੇਖੇ ਦੇ ਨਾਲ ਸਰੋਵਰ ਜਿਹੜਾ ਸੀ ਨਾ, ਉਸਨੂੰ ਫਰਸ਼ ਸਮਝ ਕੇ ਕਾਹਲੀ ਨਾਲ ਪੈਰ ਪੁੱਟਿਆ ਤੇ ਸਰੋਵਰ ਵਿੱਚ ਪੈ ਗਿਆ, ਡਿੱਗ ਪਿਆ, ਭਿੱਜ ਗਿਆ, ਡੁੱਬ ਜਾਂਦਾ ਜੇ ਤਰਨਾ ਨਾ ਆਉਂਦਾ, ਤੇ ਤਰ ਕੇ ਬਾਹਰ ਹੋਇਆ। ਪਰ ਉਹ ਜਿਹੜੀ ਚਿੱਤਰਕਾਰੀ ਸੀ, ਉਹ ਜਿਹੜੇ ਰੰਗ ਬਖੇਰੇ ਸੀ, ਉਹ ਖਲਾਰਾ ਪੈ ਗਿਆ, ਉਹ ਆਨੰਦ ਜਿਹਾ ਨਾ ਰਿਹਾ, ਉਹ ਚਿੱਤਰਕਾਰੀ ਜੀ ਖਰਾਬ ਹੋ ਗਈ। ਤੇ ਬਾਣੀ ਕਹਿੰਦੀ ਹੈ ਵੀ ਜ਼ੁਬਾਨ ਤੇ ਲਗਾਮ ਰੱਖਣੀ ਚਾਹੀਦੀ ਹੈ ਹਰ ਇੱਕ ਨੂੰ, ਜ਼ੁਬਾਨ ਬੜਾ ਕੁਛ ਕਰਾਉਂਦੀ ਹੈ। ਹੁਣ ਵੇਖੋ, 73 ਰਾਸ਼ਟਰ ਸਹੁਰਾ ਹੀ ਲੱਗਦਾ ਸੀ ਨਾ ਦਰੋਪਦੀ ਦਾ, ਚਾਚੇ ਦੇ ਮੁੰਡੇ ਹੀ ਨੇ ਨਾ ਦੁਰਯੋਧਨ ਹੋਣੀ, ਤੇ ਚਾਚਿਓ ਸਹੁਰੇ ਬਾਰੇ ਬਚਨ ਕੀ ਕਰ ਦਿੱਤਾ, ਕਹਿੰਦੀ ਵੇਖ ਅੰਨੇ ਦਾ ਕਾਕਾ ਅੰਨਾ ਹੀ ਰਿਹਾ ਨਾ, ਅੰਨੇ ਦਾ ਕਾਕਾ ਅੰਨਾ ਹੀ ਰਿਹਾ, ਸਾਰੀ ਚਿੱਤਰਕਾਰੀ ਮੇਰੀ ਖਰਾਬ ਕਰ ਦਿੱਤੀ। ਉਹ ਜਿਹੜਾ ਕੌੜਾ ਬਚਨ ਕੰਨਾਂ ਵਿੱਚ ਪਿਆ, ਦੁਰਯੋਧਨ ਦੇ ਇਤਿਹਾਸ ਗਵਾਹ ਹੈ, ਦੁਨੀਆਂ ਤੇ ਸਭ ਤੋਂ ਵੱਡਾ ਯੁੱਧ ਇਸ ਬੀਬੀ ਦੀ ਜ਼ੁਬਾਨ ਨੇ ਕਰਾਇਆ ਹੈ, ਕਹਿੰਦਾ ਹੁਣ ਤੈਨੂੰ ਅੰਨੇ ਦਾ ਕਾਕਾ ਬਣ ਕੇ ਵਿਕਾਉ, ਹੁਣ ਏਦਾਂ ਅੰਨਾ ਹੋਊਗਾ ਵੀ ਤੇਰੀ ਪੱਤ ਲੁੱਟਣੀ ਹੈ। ਇਹ ਬਚਨ ਕੀਤਾ ਉਸਨੇ, ਔਰ ਹੋਇਆ ਵੀ ਹੈ। ਵਸਤਰ ਲਾਉਣ ਲੱਗਾ ਹੈ ਉਸਦੇ, ਉਤੇ ਕ੍ਰਿਸ਼ਨ ਨੇ ਬਾਂਹ ਫੜ ਲਈ ਹੈ, ਕ੍ਰਿਸ਼ਨ ਨੂੰ ਯਾਦ ਕੀਤਾ, ਖੈਰ ਸਮੇਂ ਦਾ ਅਵਤਾਰ ਸੀ ਤੋਂ ਉਸਨੇ ਬਾਂਹ ਫੜ ਲਈ ਹੈ, ਨਹੀਂ ਤੇ ਵਾਕਿਆ ਹੀ ਕਰਮੰਨਿਆ ਵਾਲਾ ਕੀਤਾ। ਕਿਸੇ ਬੱਚੀ ਦੇ ਵਸਤਰਾਂ ਨੂੰ ਹੱਥ ਪਾਉਣਾ, ਇਹ ਮਨ ਬੁੱਧ ਰੂਪੀ ਨੇਤਰਾਂ ਤੋਂ ਵੀ ਅੰਨਾ ਤੇ ਪ੍ਰਤੱਖ ਵੀ ਅੰਨਾ ਹੀ ਬੰਦਾ ਜਿਹੜਾ ਬੀਬੀ ਦੀ ਪੱਤ ਤੇ ਹੱਥ ਪਾਉਂਦਾ। ਮਹਾਂਭਾਰਤ ਕਾਹਦੇ ਲਈ ਹੋਇਆ ਬੀਬੀ ਪਿੱਛੇ, ਰਾਮਾਇਣ ਕਾਹਦੇ ਲਈ ਹੈ, ਸਰੂਪ ਨਖਾ ਇੱਕ ਭੈਣ ਹੈ ਤੇ ਇੱਕ ਸੀਤਾ ਇਸਤਰੀ ਹੈ, ਪਤਨੀ ਹੈ ਉਸਦੀ। ਉਹ ਕਹਿੰਦਾ ਵੀ ਹੁਣ ਮੈਂ ਚਮਕੌਰ ਦੀ ਜੰਗ ਵੱਲ ਵਧਾਂ, ਵੀ ਦੇਖੋ ਮਹਾਂਭਾਰਤ ਵਿੱਚ ਤੇ ਰਾਮਾਇਣ ਵਿੱਚ ਟੱਕਰ ਬਰਾਬਰ ਦੀ ਹੈ, ਜੇ ਦੁਰਯੋਧਨ ਦੇ ਨਾਲ ਸੈਂਕੜੇ ਰਾਜੇ ਨੇ ਤੇ ਦਰੋਪਦੀ ਦਾ ਬਾਪੂ ਦਰੋਪਦ, ਉਹਦੇ ਸੱਜਣ ਮਿੱਤਰ, ਜਿੰਨੇ ਵੀ ਰਾਜੇ ਨੇ ਉਹ ਯੁਧਿਸ਼ਠਰ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਨੇ, ਤੇ ਸਮੇਂ ਦਾ ਅਵਤਾਰ ਜਿਹਨੂੰ ਭਗਵਾਨ ਕਹਿੰਦੇ ਨੇ ਕ੍ਰਿਸ਼ਨ ਵੀ ਉਹਨਾਂ ਨਾਲ ਹੈ, ਟੱਕਰ ਬਰਾਬਰ ਦੀ ਹੈ।
महाभारत विच भी बराबर दी है ते उधर लंका विच जिहड़ी टक्कर होई है राम दे नाल भी बथेरे राजे ने हनुमान वर्गे वाधू ने बाली वर्गे वाधू ने रावण दे कोल भी फौजा की कमी नहीं कहिंदा जदों चमकौर दी जंग वल वेखदा हां एक बने फकीरां दा काका है ते एक बने दिल्ली तख्त दा बादशाह है कोई साजो समान नहीं कोई असला नहीं खुंडियां करपाना ने मुठी पर सिंह ने वह भी भुख दे सताए एक बने कहिंदा 10 लाख दा केरा हुण फकीरां दा जिहड़ा लाल है कवि दी नजर है भावे फकीरां दा बच्चा वह कह रहा है ते सब दा खसम ही अकल कीता ते फकीरां दे यार भी फकीर ने ते फकीरां तलवार की चलाउणी है दसो राजां दे यार भी राजे तकड़ियां दे यार भी तकड़े गरीबां दे यार गरीब अमीरां दे यार अमीर ते बापू लई लड़े केड़ा होणा